ਝੋਨੇ ਦਾ PR 126 ਬੀਜ ਸਭ ਤੋਂ ਫੇਲ ਵਰਾਇਟੀ। ਸਰਕਾਰ ਦੇ ਝਾਂਸੇ ਦੇ ਵਿੱਚ ਆ ਕੇ ਜਾਂ ਲੋਕ ਖੱਜਲ ਖੁਆਰੀ ਘੱਟ ਕਰਨ ਦੇ ਮਾਰੇ ਇਹ ਬੀਜ ਦੇ ਵਿੱਚ ਫਸ ਰਹੇ ਨੇ, ਜਿਨ੍ਹਾਂ ਨੂੰ ਇਸ ਬੀਜ ਤੋਂ ਬਚਾਅ ਦੀ ਲੋੜ ਹੈ। ਇਸ ਬੀਜ ਦੇ ਵਿੱਚ ਕੀ ਬਿਮਾਰੀਆਂ ਆਉਂਦੀਆਂ ਨੇ, ਕਿੰਨੀ ਇਹਦੀਆਂ ਦਿੱਕਤਾਂ ਆਉਂਦੀਆਂ ਨੇ, ਇਹ ਬੀਜ ਡਿੱਗਦਾ ਵੀ ਆ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਣਾ ਸੰਗਿਆ ਵਾਲਾ। ਵੀਡੀਓ ਦੇ ਵਿੱਚ ਦੇਖ ਰਹੇ ਆਪਣਾ ਪੂਸਾ 44 ਝੋਨਾ। ਇਹ ਝੋਨਾ 17 ਜੂਨ ਦਾ ਲੱਗਿਆ ਹੋਇਆ ਜੀ, 2024 ਦਾ। ਇਹਦੇ ਵਿੱਚ ਕੋਈ ਬਿਮਾਰੀ ਠਮਾਰੀ ਨਹੀਂ ਅਤੇ ਸਪਰੇਅ ਵੀ ਇੱਕੇ ਕਰੀ ਆ, ਅਤੇ ਉਹ ਵੀ ਲਾਸਟ ਸਮਝ ਕੇ ਕਰੀ ਆ। ਪੈਕਸਾ ਲਾਉਣ 'ਤੇ ਐਮੀਸਟਾਟੋਪ ਦਾ ਸਾਲਟ ਅਤੇ ਕੋਰਾ ਜਾਂਦਾ ਸਾਲਟ, ਹੋਰ ਕੋਈ ਵੀ ਇਹਦੇ ਉੱਤੇ ਸਪਰੇਅ ਨਹੀਂ ਕਰੀਗੀ। ਇੱਕੇ ਸਪਰੇਅ ਕਰੀ ਤੀ 4 ਤੋਂ 5 ਸਪਤੰਬਰ ਦੇ ਨੇੜੇ ਤੇੜੇ। ਝੋਨਾ ਤੁਸੀਂ ਨੇ ਦੇਖ ਲਿਆ, ਆਪਾਂ ਨੇ ਗੱਲ ਕਰਨੀ ਆ PR 126 ਦੀ। ਕੈਮਰੇ ਦੇ ਵਿੱਚ ਤੁਹਾਨੂੰ ਦਿਖ ਗਿਆ ਹੋਊਗਾ ਵੀ ਮੈਂ ਤੁਹਾਨੂੰ PR 126 ਦਾ ਕੀ ਦਿਖਾਉਣਾ ਚਾਹੁੰਦਾ ਅਤੇ ਕੀ ਇਹਦੀ ਫੇਲੀਅਰ ਹੈ, ਕਿਉਂ ਆਪਾਂ ਨੂੰ ਇਹ ਨਹੀਂ ਲਾਉਣਾ ਚਾਹੀਦਾ। ਆਹ PR 126 ਦਾ ਖੇਤ ਆ ਜੀ, ਆਪਣੀ ਸਾਂਝੀ ਬੱਟ ਦੇ ਨਾਲ ਦੇਖ ਸਕਦੇ ਹੋ ਤੁਸੀਂ ਕਿੰਨਾ ਬੁਰਾ ਹਾਲ ਹੋਇਆ ਝੋਨੇ ਦਾ। ਇਹ ਕਹਿ ਲਓ ਤੁਸੀਂ ਵੀ ਝੋਨਾ ਮੇਰੇ ਅਕੋਰਡਿੰਗ, ਜੇ ਉੱਪਰ ਤੁਹਾਨੂੰ ਕੈਮਰਾ ਚੱਕ ਕੇ ਦਿਖਾਵਾਂ ਵੀ ਇਹ 20% ਖੜ੍ਹਾ ਹੋਊਗਾ। ਇੱਧਰ ਵੀ ਇਹੀ ਆ, ਇੱਧਰ ਕਾਫੀ ਹੱਦ ਤੱਕ ਖੜ੍ਹਾ, ਕੋਨਿਆਂ ਜਾਂ ਦੇ ਉੱਪਰ ਉਹ ਲਾਸਟ 'ਤੇ ਜਾ ਕੇ ਡਿੱਗਿਆ, ਜਾਂ ਇੱਧਰ ਰਸਤੇ ਦੇ ਨਾਲ ਨਾਲ ਸਾਰੀ ਡਿੱਗ ਗਿਆ। ਜਿਹੜਾ ਬੀਜ ਡਿੱਗਦਾ ਹੋਵੇ ਝੋਨੇ ਦਾ, ਉਹਦੀ ਸਭ ਤੋਂ ਵੱਡੀ ਫੇਲੀਅਰ ਹੁੰਦੀ ਆ ਉਹ ਬੀਜ ਦੀ। PR 128 ਅਤੇ PR 129 ਨੂੰ ਵੀ ਇਹੀ ਬਿਮਾਰੀ ਆ। ਹੋਰ ਬੀਜਾਂ ਦਾ ਹਜੇ ਤੱਕ ਫੀਡਬੈਕ ਆ ਜਿਹੜਾ ਵਧੀਆ ਆ ਰਿਹਾ, PR 126 ਦਾ ਵੀ ਵਧੀਆ ਆ ਰਿਹਾ ਸੀ ਪਿਛਲੇ ਸਾਲਾਂ ਦੇ ਵਿੱਚ, ਬਟ ਇਹੋ ਜਿਹਾ ਮੌਸਮ ਕਦੇ ਖਰਾਬ ਨਹੀਂ ਤੀ ਹੋਇਆ ਵੀ ਪੱਕੀ ਫਸਲ 'ਤੇ ਆ ਕੇ ਖਰਾਬ ਹੋ ਜਾਵੇ। ਐਤਕੀ ਪਹਿਲੀ ਵਾਰ ਖਰਾਬ ਹੋਇਆ ਅਤੇ ਪਹਿਲੀ ਵਾਰ ਹੀ ਇਹਨੇ ਰੰਗ ਦਿਖਾਤਾ PR 126 ਨੇ। ਅਤੇ ਜੇ ਇਹਨੂੰ ਗੱਲ ਕਰੀਏ ਹਲਦੀ ਰੋਗ ਦੀ, ਤਾਂ ਤੁਹਾਨੂੰ ਹਲਦੀ ਰੋਗ ਵੀ ਦਿਖਾ ਦਿੰਦੇ ਇਹਦੇ ਵਿੱਚ। ਸਭ ਤੋਂ ਵੱਡੀ ਫੇਲ ਵਰਾਇਟੀ ਆ ਜਿਹੜੀ ਇਹ, ਆਹ ਦੇਖ ਲਓ ਹਲਦੀ ਰੋਗ ਇਸ ਹੱਦ ਤੱਕ ਆ ਵੀ ਕੈਮਰਾ ਅੱਗੇ ਪਿੱਛੇ ਵੀ ਨਹੀਂ ਕਰ ਸਕਦੇ, ਲਓ ਥੋੜ੍ਹੀ ਥੋੜ੍ਹੀ ਵਾਟ ਵੀ ਨਹੀਂ ਨਿਬੇੜ ਸਕਦੇ। ਬਹੁਤ ਜ਼ਿਆਦਾ ਹਲਦੀ ਰੋਗ ਆ ਜਿਹੜਾ, ਹਨੇਰੀ ਕਰਕੇ ਇੱਕ ਗੈਸ ਬਣ ਕੇ ਉੱਡ ਗਿਆ। ਇਵੇਂ ਲੱਗਦਾ ਸੀ ਵੀ ਕਿਸੇ ਕੰਪਨੀ ਦੁਆਰਾ ਗੈਸ ਛੱਡੀ ਹੁੰਦੀ ਆ ਲੋਕਾਂ ਨੂੰ ਮਾਰਨ ਵਾਸਤੇ, ਐਵੇਂ ਲੱਗਦਾ ਸੀ। ਪੁਰਾਣੇ ਬਜ਼ੁਰਗ ਖੇਤਾਂ ਵੱਲੋਂ ਇੱਕ ਵਾਰ ਭੱਜੇ ਵੀ ਆਹ ਕੀ ਗੈਸ ਆਉਂਦੀ ਆ ਹਨੇਰੀ ਦੇ ਵਿੱਚ, ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਚੱਲਿਆ ਵੀ ਇਹ ਤਾਂ ਹਲਦੀ ਰੋਗ ਇਸ ਹੱਦ ਤੱਕ ਪਿਆ ਵੀ ਵਰਾਇਟੀ ਆ ਜਿਹੜੀ 30-40% ਤੱਕ ਖਤਮ ਕਰੀ ਪਈ ਆ। ਜਿਹੜੀ ਆਹ ਵਰਾਇਟੀ ਉਰੇ PR 126 ਲੱਗੀ ਹੋਈ ਆ, ਇਹ ਤਾਂ ਮੈਂ ਇਹ ਕਹੂੰਗਾ ਵੀ 80% ਤੱਕ ਡੈਮੇਜ ਆ ਇਹਦੇ ਵਿੱਚ। ਇਹਦਾ ਦਾਣੇ ਨੇ ਜਿਹੜੇ ਅੱਧੇ ਸਿੱਟੀ ਕਾਮਯਾਬ ਨੇ, ਅੱਧੇ ਖਤਮ ਨੇ, ਪੀਲੇ ਜਿਹੇ ਹੁਣ ਦਿਖ ਰਹੇ ਨੇ। ਆਹ ਦੇਖੋ ਜੀ ਰਿਪੋਰਟ, ਇਹ ਬਹੁਤ ਗੰਦੀ ਹੋਈ ਪਈ ਹੈ ਇਹਦੀ। ਕੀ ਦੇਖੋਗੇ, ਰੰਗ ਕਾਲੇ, ਲਓ ਦੇਖਣ ਨੂੰ ਕੁਛ ਰੇ ਬਚੇ ਨਹੀਂ ਹੋਇਆ, ਸਾਰਾ ਕੁਛ ਖਤਮ ਹੈ। ਇਹ ਵਰਾਇਟੀ ਨੂੰ ਪਹਿਲਾਂ ਕਿਹਾ ਜਾਂਦਾ ਸੀ ਤੇਲਾ ਨਹੀਂ ਪੈਂਦਾ, ਇਸ ਵਾਰ ਤੇਲਾ ਸਭ ਤੋਂ ਵੱਧ ਇਹ ਵਰਾਇਟੀ ਨੂੰ ਪਿਆ। ਹਲਦੀ ਰੋਗ ਸਭ ਤੋਂ ਵੱਧ ਇਸ ਰੋਗ ਨੂੰ, ਇਸ ਵਰਾਇਟੀ ਨੂੰ ਪਿਆ, ਡਿੱਗੀ ਸਾਰਿਆਂ ਤੋਂ ਪਹਿਲਾਂ ਇਹ। ਆਪਾਂ ਘੱਟ ਦਿਨਾਂ ਨੂੰ ਪਿੱਟੀ ਜਾਂਦੇ ਹਾਂ ਵੀ ਘੱਟ ਦਿਨਾਂ ਦੀ ਵਰਾਇਟੀ ਆ, ਖਰਚਾ ਬਚਦਾ, ਖਰਚਾ ਕਿਹੜੇ ਪਾਸਿਓਂ ਬਚਦਾ। ਪੂਸਾ 44 ਨੂੰ ਜਿਹੜੇ ਖੇਤ ਦੇ ਵਿੱਚ 3 ਬੈਗ ਲੱਗਦੇ ਨੇ, ਉੱਥੇ ਨੂੰ 5 ਲੱਗਦੇ ਨੇ। ਪੱਤਾ ਲਵੇੜ ਅਤੇ ਗੋਭ ਦੀ ਸੁੰਡੀ ਦੇ ਇਸ ਵਰਾਇਟੀ ਦੇ ਵਿੱਚ ਇੰਨਾ ਅਟੈਕ ਆ
ਕਿ ਪੂਰੀ ਸਟਰੋਂਗ NCPO ਸੰਜੇਟਾ ਦੀ ਜਿਹੜੀ ਦਵਾਈ ਆਉਂਦੀ ਆ, ਜੇ ਉਹਦੇ ਨਾਲ ਟ੍ਰੀਟਮੈਂਟ ਕੀਤਾ ਜਾਵੇ ਜਿਹੜੀ ਕਿ 1200-1300 ਰੁਪਈਆ ਪਰ ਏਕੜ ਦੀ ਪੈਂਦੀ ਆ, ਤਾਂ ਉਹਦੇ ਨਾਲ ਸਲਿਊਸ਼ਨ ਇਹਦਾ ਹੁੰਦਾ ਨਹੀਂ, ਕੋਈ ਸਲਿਊਸ਼ਨ ਇਹਦਾ ਸੋਲਿਡ ਹੈ ਨਹੀਂ, ਵਾਰ ਵਾਰ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਸੁੰਡੀ ਦੀਆਂ, ਫੰਗਸ ਘੱਟ ਪੈਂਦੀ ਆ, ਤੇਲਾ ਘੱਟ ਪੈਂਦਾ, ਇਹ ਪੁਰਾਣੇ ਸਾਲਾਂ ਦੇ ਵਿੱਚ ਸੁਣਦੇ ਰਹੇ ਹਾਂ, ਪਰ ਐਤਕੀ ਇਹਨੂੰ ਨਾ ਫੰਗਸ ਘੱਟ ਪਈ ਆ ਨਾ ਤੇਲਾ ਘੱਟ ਪਿਆ ਇਸ ਵਾਰ, ਹੁਣ ਇਹਦੇ ਵਿੱਚ ਮੈਂ ਬੜਿਆ ਨਹੀਂ ਜਾਂਦਾ ਹੈਗਾ, ਕੱਪੜੇ ਨੀਲੇ ਪੀਲੇ ਹੋਣਗੇ ਹਲਦੀ ਕਰਕੇ, ਨਹੀਂ ਮੈਂ ਤੁਹਾਨੂੰ ਤੇਲਾ ਜਿਉਂਦਾ ਜਾਗਦਾ ਦਿਖਾ ਸਕਦਾ ਜੀ। ਪੂਸਾ 44 ਦੇ ਵਿੱਚ ਬਿਲਕੁਲ ਵੀ ਤੇਲਾ ਨਹੀਂ ਅਤੇ ਇਹਦੇ ਵਿੱਚ ਤੇਲਾ, ਜਾਣੀ ਕਿ ਉਹ ਤਾਂ ਆਪਣੀਆਂ ਪੂਸਾ 44 ਪੈਕਸਾ ਲਾਉਣ ਕਰੀ ਹੋਈ ਆ, ਚਲੋ ਕਿਸਾਨ ਵੀਰ ਕਹਿਣਗੇ ਵੀ ਪੈਕਸਾ ਲਾਉਣ ਕਰਕੇ ਤੇਲਾ ਨਹੀਂ ਹੈਗਾ, ਉਹ ਗਵਾਂਢੀ ਬੰਦੇ ਦੀ ਉਸ ਤੋਂ ਵੀ ਅੱਗੇ ਵਾਲੇ ਦੀ ਚੈੱਸ ਕਰੀ ਹੋਈ ਆ, ਇਹਦੇ ਉੱਤੇ ਵੀ ਚੈੱਸ ਕਰੀ ਹੋਈ ਆ, ਇਹਦੇ ਵਿੱਚ ਤੇਲਾ ਇੱਕ ਹੱਦ ਤੋਂ ਵੱਧ ਆ, ਦੋਵਾਂ ਦੀ ਬਾਈਨੇਮ ਚੈੱਸ ਕਰੀ ਹੋਈ ਆ ਸੰਜੇਟਾ ਦੀ, ਉਹਦੇ ਵਿੱਚ ਤੇਲਾ ਬਿਲਕੁਲ ਵੀ ਨਹੀਂ ਹੈਗਾ, ਕਿਉਂਕਿ ਵਰਾਇਟੀ ਖੜੀ ਰਹਿ ਗਈ, ਸੰਘਣੀ ਘੱਟ ਦੀ, ਯੂਰੀਆ ਘੱਟ ਪੈਂਦੇ ਨੇ ਇਹਦੇ ਵਿੱਚ, ਯੂਰੀਆ ਵੱਧ ਪਾਉਣਾ ਪੈਂਦਾ, ਜੇ ਨਹੀਂ ਪਾਉਂਦੇ ਫਿਰ ਇਹ ਝਾੜ ਨਹੀਂ ਦਿੰਦੀ, 17 ਮੋਇਸਚਰ 'ਤੇ ਵੀ ਜੇ ਸਰਕਾਰ ਨੇ ਇਹ ਚੱਕਣੀ ਚਾਹੀ ਤਾਂ ਵੀ ਨਹੀਂ ਝਾੜ ਦਿੰਦੀ। ਫਿਰ ਆਪਾਂ PR 126 ਮਗਰ ਕਿਉਂ ਭੱਜ ਰਹੇ ਹਾਂ? ਹੋਰ ਇਹਦੀ ਸਭ ਤੋਂ ਵੱਡੀ ਫੇਲੀਅਰ, ਕਿਸਾਨ ਵੀਰ ਪਹਿਲਾਂ ਮੱਕੀ ਠੋਕ ਲੈਂਦੇ ਨੇ ਜਿਹੜੇ ਕਿ ਨੀਰੀ ਪਾਣੀ ਦੀ ਬਰਬਾਦੀ ਆ, ਫਿਰ ਅਸੀਂ PR 126 ਲਾਵਾਂਗੇ, ਪਾਣੀ ਦਾ ਵੀ ਨੁਕਸਾਨ, ਸਪਰੇਹਾਂ ਦਾ ਵੀ ਨੁਕਸਾਨ, ਡਿੱਗਦੀ ਵੀ ਹੈਗੀ ਆ, ਫਾਇਦਾ ਕਿੱਥੇ ਆ, ਕਿਸਾਨ ਦਾ ਫਾਇਦਾ ਕਿੱਥੇ ਆ, ਕਿਤੇ ਨਹੀਂ ਲੱਭ ਰਿਹਾ। ਪੂਸਾ 44 'ਚ ਫਾਇਦਾ ਅਤੇ ਪੂਸਾ 44 ਦੀ ਬਿਆਨਬਾਜ਼ੀ ਇਹ ਆ ਵੀ ਇਹਦਾ ਬਾਈਕਾਟ ਕਰੋ, ਇਹ ਸਵਾਲ ਜਵਾਬ ਨੇ ਜਿਹੜੇ, ਇਹ ਕਿਉਂ ਪੈਦਾ ਹੋ ਰਹੇ ਨੇ, ਇਹਨਾਂ ਦਾ ਆਂਸਰ ਕਿਸਾਨ ਵੀਰੋ ਆਪਦੇ ਦਿਮਾਗ ਦੇ ਵਿੱਚ ਤੁਸੀਂ ਸੋਚੋ। ਹੋ ਸਕਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਹੋਣ, ਕੇਂਦਰੀ ਪੂਲ ਦੇ ਵਿੱਚ ਅਨਾਜ ਘਟਾ ਕੇ ਅਨਾਜ ਦੀ ਵੈਲਿਊ ਵਧਾਉਣੀ ਹੋਵੇ ਉਹਨਾਂ ਨੇ, ਪ੍ਰਾਈਵੇਟ ਖਰੀਦ ਕਰਨੀ ਹੋਵੇ, ਇਹ ਚਾਲਾਂ ਸਰਕਾਰ ਦੀਆਂ ਹੋ ਸਕਦੀਆਂ ਨੇ ਇਹਦੇ ਵਿੱਚ, ਵੀ ਪੂਸਾ 44 ਇੱਕ ਹੱਦ ਤੋਂ ਵੱਧ ਝਾੜ ਦਿੰਦੀ ਹੈ ਅਤੇ ਪਾਣੀ ਦੀ ਵੀ ਬਰਬਾਦੀ ਕਹਿ ਰਹੇ ਨੇ, ਪਰ ਪਾਣੀ ਦੀ ਬਰਬਾਦੀ ਤਾਂ PR 126 ਮੇਰੇ ਅਕੋਰਡਿੰਗ ਜ਼ਿਆਦਾ ਕਰਦੀ ਆ। ਪੂਸਾ 44 ਵੀ ਜੇ ਤੁਸੀਂ 25 ਜੂਨ ਤੋਂ ਸਟਾਰਟ ਕਰ ਲਵੋ ਤਾਂ ਕੋਈ ਪਾਣੀ ਦੀ ਬਰਬਾਦੀ ਜ਼ਿਆਦਾ ਨਹੀਂ ਹੈਗੀ, ਪਾਣੀ ਦੀ ਬਰਬਾਦੀ ਤਾਂ ਜਿਹੜੇ ਬੰਦੇ ਨੇ ਕਰਨੀ ਉਹਨੇ PR 126 ਵਾਲੇ ਨੇ ਵੀ ਕਰਨੀ ਆ। PR 126 ਦੀ ਤੁਹਾਨੂੰ ਫੇਲੀਅਰ ਆ ਜਿਹੜੀ ਉਹ ਦੱਸਤੀ, ਕਿਹੜੀਆਂ ਗੱਲਾਂ ਕਰਕੇ PR 126 ਫੇਲ ਆ ਅਤੇ ਪੂਸਾ 44 ਕਾਮਯਾਬ ਆ, ਸਾਰੀ ਪੂਸਾ 44 ਖੜੀ ਆ, ਸਾਰੀ ਅਤੇ ਉੱਤੇ ਚੈੱਸ ਦੀ ਸਪਰੇਅ ਕਰੀ ਹੋਈ ਆ ਬਾਏਨੇਮ। ਮੰਨ ਲਓ 3 ਸਪਰੇਹਾਂ ਜੇ ਪੂਸਾ 44 'ਤੇ ਹੁੰਦੀਆਂ ਨੇ, 3 ਇਹਦੇ 'ਤੇ ਹੁੰਦੀਆਂ ਨੇ PR 126 'ਤੇ, 2 ਤਾਂ ਇਹਦੇ ਹਲਦੀ ਰੋਗ ਵਾਲੀਆਂ ਹੋ ਜਾਂਦੀਆਂ ਨੇ, 1 ਸੁੰਡੀ ਵਾਲੀ ਪੱਕੀ ਹੁੰਦੀ ਆ, ਇਸ ਵਾਰ ਤੇਲੇ ਨੇ ਵੀ ਰੰਗ ਦਿਖਾਤਾ, ਤੇਲੇ ਵਾਲੀ ਵੀ ਹੁੰਦੀ ਆ, ਫਿਰ ਕਿਸਾਨ ਦੀ ਕਾਮਯਾਬੀ ਕਿੱਥੇ ਰਹਿ ਗਈ? ਕਿਤੇ ਨਹੀਂ ਰਹੀ। ਆਪਾਂ ਸਾਰੇ ਖਰਚੇ ਤੁਹਾਨੂੰ ਦੱਸਤੇ ਵੀ ਇਹ ਪ੍ਰੋਬਲਮਾਂ ਆਉਂਦੀਆਂ ਨੇ, ਜੇ ਕਿਸਾਨ ਵੀਰਾਂ ਨੂੰ ਇਹ ਗੱਲਾਂ ਨੋਟ ਕਰਨ ਵੀ ਸਾਡੇ ਖਰਚਾ ਜਿਹੜੀ ਦਾ ਕਿੱਥੇ ਕਿੰਨਾ ਹੋਇਆ। ਹਾਂ, ਇੱਕ ਹੋ ਸਕਦਾ ਬਸ PR 126 ਵਾਲੇ ਖੇਤ ਦੇ ਵਿੱਚ ਕਣਕ ਖੇਤੀ ਬੀਜ ਸਕਦਾ ਬੰਦਾ, ਬਟ ਹੁਣ ਕਣਕ ਦੀਆਂ ਪਸੇਤੀਆਂ ਵਰਾਇਟੀਆਂ ਬਹੁਤ ਜ਼ਿਆਦਾ ਆ ਗਈਆਂ, ਉਹ ਵੀ ਝਾੜ ਬਰਾਬਰੇ ਦਿੰਦੀਆਂ ਨੇ, ਇੱਕ ਟਾਈਮ ਤੋਂ ਪਹਿਲਾਂ ਬੀਜੀ ਹੋਈ ਕਣਕ ਦਿੰਦੀਆਂ ਜਾਂ ਵੀ ਸੇਤੀ ਕੱਢ ਜਾਂਦੀ ਆ, ਜੇ ਹੀਟ ਵੇਵ ਚੱਲ ਜਾਵੇ ਦਸੰਬਰ ਦੇ ਵਿੱਚ ਤਾਂ ਡੰਡੀ ਵੀ ਸੇਤੀ ਚੜ੍ਹ ਜਾਂਦੀ ਆ, ਅਤੇ ਜੇ ਲੇਟ ਕੋਰਾ ਫਰਵਰੀ ਦੀ ਸਟਾਰਟਿੰਗ 'ਚ ਪੈ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਵੀ ਉਹਦਾ ਹੁੰਦਾ, ਕਣਕ ਵੀ ਟਾਈਮ ਸਿਰ ਬੀਜੀ ਹੋਈ ਹੈ ਵਧੀਆ ਰਹਿੰਦੀ ਆ। ਧੰਨਵਾਦ ਜੀ, ਵੀਡੀਓ ਫਿਰ ਲੰਬੀ ਹੋਈ ਜਾਂਦੀ ਆ, ਜੇ ਕਿਸੇ ਵੀਰ ਨੇ ਵਟਸਐਪ ਗਰੁੱਪ ਜੁਆਇਨ ਕਰਨਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਦੇਵਾਂਗੇ ਵਟਸਐਪ ਗਰੁੱਪ ਦਾ, ਜੇ ਕਿਸੇ ਵੀਰ ਦਾ ਹੋਰ ਸਵਾਲ ਜਵਾਬ ਹੋਵੇ ਤਾਂ ਕਮੈਂਟ ਦੇ ਵਿੱਚ ਵੀ ਕਮੈਂਟ ਕਰ ਸਕਦਾ ਕਮੈਂਟ ਬਾਕਸ ਦੇ ਵਿੱਚ, ਤਾਂ ਆਪਾਂ ਉਹਦਾ ਵੀ ਰਿਪਲਾਈ ਦੇਣ ਦਾ ਪੂਰਾ ਪ੍ਰਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ। ਕੰਡੀਸ਼ਨ ਤੁਸੀਂ ਨੇ ਦੇਖ ਲਈ। ਸਤਿ ਸ਼੍ਰੀ ਅਕਾਲ ਜੀ।